ਸਰਕਾਰ ਦੀ ਜਾਨ ਕਹੀ ਜਾਣ ਵਾਲੀ BRTS ਪ੍ਰੋਜੈਕਟ ਜਿਹੜਾ ਕਿ ਅਕਾਲੀ ਗਵਰਨਮੈਂਟ ਦੇ ਸਮੇਂ ਚਲਾਇਆ ਗਿਆ ਸੀਗਾ ਅੰਮ੍ਰਿਤਸਰ ਗੋਲਡਨ ਗੇਟ ਤੋਂ ਲੈ ਕੇ ਅੰਮ੍ਰਿਤਸਰ ਦੇ ਛਿਆੜਾ ਬਾਈਪਾਸ ਤੱਕ ਪ੍ਰੋਜੈਕਟ ਜਿਹੜਾ ਸੀਗਾ ਇਸ ਦੇ ਤਹਿਤ ਚੱਲਦੇ ਪੈਂਦੀ GT ਰੋਡ ਦੇ ਵਿੱਚ ਦੋਨਾਂ ਵਿਚਕਾਰ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਇਸ ਪ੍ਰੋਜੈਕਟ 91 ਬੱਸਾਂ ਚੱਲਦੀਆਂ ਪਈਆਂ ਸਨ ਜਿਹੜੀਆਂ ਕਿ ਗੋਲਡਨ ਗੇਟ ਤੋਂ ਲੈ ਕੇ ਛਿਆਟਾ ਤੱਕ ਚੱਲਦੀਆਂ ਸਨ ਔਰ ਸਵਾਰੀਆਂ ਨੂੰ ਲੈ ਕੇ ਆਉਣ ਜਾਣ ਦੇ ਵਿੱਚ ਚੱਲਦੀਆਂ ਸਨ ਔਰ ਇਹ ਪ੍ਰੋਜੈਕਟ ਹੁਣ ਖੜਾ ਹੋ ਗਿਆ ਹੈ ਇਸ ਪ੍ਰੋਜੈਕਟ ਚੱਲਣ ਵਾਲੀਆਂ ਜਿਹੜੀਆਂ ਬੱਸਾਂ ਸਨ BRTS ਇੰਪਲਾਈਜ਼ ਏਕਤਾ ਯੂਨੀਅਨ ਦੀ ਹੜਤਾਲ ਕਾਰਨ ਇਹ ਬੱਸਾਂ ਖੜੀਆਂ ਨੇ ਪਿਛਲੇ ਕਰੀਬ 15 ਦਿਨਾਂ ਤੋਂ ਇਹ ਬੱਸ ਕਰਮਚਾਰੀ ਜਿਹੜੇ ਨੇ ਇਹਦੀ ਯੂਨੀਅਨ ਜਿਹੜੀ ਹੈ ਹੜਤਾਲ 'ਤੇ ਹੈ ਜਿਸ ਕਰਕੇ ਬੱਸਾਂ ਹੁਣ ਇਸ ਪ੍ਰੋਜੈਕਟ ਤਹਿਤ ਨਹੀਂ ਚੱਲੀਆਂ ਨੇ ਔਰ ਜਿਹੜੀਆਂ ਸਵਾਰੀਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀਆਂ ਇਹ ਯੂਨੀਅਨ ਹੈ ਇਹ ਨਿਗਮ ਕਾਰਪੋਰੇਸ਼ਨ ਵੱਲੋਂ ਜਿਹੜੀ ਖੋਖਰ ਗਰੁੱਪ ਅਤੇ ਕਿਸਾਨ ਗਰੁੱਪ ਨੂੰ ਬੱਸਾਂ ਚਲਾਉਣ ਦਾ ਪ੍ਰਪੋਜ਼ਲ ਜਿਹੜਾ ਹੈ ਹੁਣ ਜਿਹੜਾ ਪ੍ਰਪੋਜ਼ਲ ਹੈ ਖੋਖਰ ਗਰੁੱਪ ਅਤੇ ਕਿਸਾਨ ਗਰੁੱਪ ਨੂੰ ਚਲਾਉਣ ਦਾ ਸਰਕਾਰ ਵੱਲੋਂ ਭੇਜਿਆ ਗਿਆ ਨਿਗਮ ਵੱਲੋਂ ਪਰ ਇਸ ਤੋਂ ਪਹਿਲੇ ਜਿਹੜੀ ਸਵਰਨ ਸਟਾਪ ਕੰਪਨੀ ਸਤਨਾਮ ਕੰਪਨੀ ਹੁੰਦੀ ਸੀਗੀ ਜਿਹੜਾ ਚਲਾਉਂਦੀ ਸੀਗੀ ਉਹ ਨਿਗਮ ਕੋਲੋਂ 22 ਰੁਪਏ ਲਿਆ ਕਰਦੀ ਸੀਗੀ ਔਰ ਜਦਕਿ ਠੇਕੇਦਾਰ ਨੂੰ ਜਿਹੜੇ ਕਿ ਖੋਖਰ ਗਰੁੱਪ ਅਤੇ ਕਿਸਾਨ ਮੋਟਰ ਹੈ ਉਹਨਾਂ ਨੂੰ 16 ਰੁਪਏ 80 ਪੈਸੇ ਦਿੰਦੀ ਸੀਗੀ ਜੋ ਖੋਖਰ ਗਰੁੱਪ ਵੱਲੋਂ ਜਿਹੜਾ ਇੰਪਲਾਈਜ਼ ਨੇ ਉਹਨਾਂ ਨੂੰ ਤਨਖਾਹ ਦੇ ਵਿੱਚ DC ਰੇਟ ਦੇ ਮੁਤਾਬਿਕ ਤੈਅ ਕੀਤੀ ਗਈ ਔਰ ਰੇਟ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਜਿਸ ਕਾਰਨ ਇੰਪਲਾਈ ਯੂਨੀਅਨ ਵੱਲੋਂ ਇਸ ਬੱਸਾਂ ਨੂੰ ਖਿਲਾਰ ਦਿੱਤਾ ਗਿਆ ਜਿਸ ਕਾਰਨ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਜਿਹੜਾ ਪ੍ਰੋਜੈਕਟ ਹੈ ਅਕਾਲੀ ਗਵਰਨਮੈਂਟ ਦੇ ਸਮੇਂ ਸ਼ੁਰੂ ਕੀਤਾ ਗਿਆ ਸੀਗਾ ਛਿਆਟਾ ਬਾਈਪਾਸ ਤੋਂ ਲੈ ਕੇ ਗੋਲਡਨ ਗੇਟ ਤੱਕ GT ਰੋਡ ਦੇ ਉੱਤੇ ਬਾਈ ਪ੍ਰੋਜੈਕਟ ਜਿਹੜਾ ਸੜਕ ਦੇ ਵਿਚਕਾਰ GT ਰੋਡ ਦੇ ਵਿਚਕਾਰ ਕਰਕੇ ਬਣਾਇਆ ਗਿਆ ਸੀਗਾ ਜਿਸ ਦੇ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਇਸ ਨੂੰ ਹੁਣ ਰੋਕ ਦਿੱਤਾ ਗਿਆ ਹੈ ਇੰਪਲਾਈ ਯੂਨੀਅਨ ਵੱਲੋਂ ਇਸ ਤਹਿਤ ਜੋ 91 ਬੱਸਾਂ ਚੱਲਿਆ ਕਰਦੀਆਂ ਸਨ 91 ਬੱਸਾਂ ਦੇ ਵਿੱਚੋਂ ਕੁਝ ਬੱਸਾਂ ਐਕਸੀਡੈਂਟ ਹੋਣ ਕਰਕੇ ਖੜੀਆਂ ਹੋਈਆਂ ਨੇ ਔਰ ਬਾਕੀ ਦੀਆਂ ਬੱਸਾਂ ਜਿਹੜੀਆਂ ਨੇ ਇਸ ਸਰਵਿਸ ਤੇ ਇਸ ਤਹਿਤ ਜੋ ਰੋਡ ਦੇ ਉੱਤੇ ਚੱਲਦੀਆਂ ਸਨ ਉਹ ਵੀ ਹੁਣ ਖੜੋ ਗਈਆਂ ਨੇ ਕਾਰਨ ਸਿਰਫ ਇਹੀ ਕਿਹਾ ਜਾ ਰਿਹਾ ਹੈ ਕਿ ਕਾਰਪੋਰੇਸ਼ਨ ਵੱਲੋਂ ਜਿਹੜਾ ਹੁਣ ਜਿਹੜਾ ਪ੍ਰੋਜੈਕਟ ਹੈ ਉਹ ਠੇਕੇਦਾਰਾਂ ਨੂੰ ਹੀ ਦੇ ਦਿੱਤਾ ਗਿਆ ਹੈ ਔਰ ਠੇਕੇਦਾਰ ਜਿਹੜੇ ਨੇ ਉਹਨਾਂ ਵੱਲੋਂ ਇਹ DC ਰੇਟ ਦੇ ਉੱਤੇ ਜਿਹੜਾ ਉਹਨਾਂ ਦੀ ਤਨਖਾਹ ਹੈ ਡਰਾਈਵਰਾਂ ਦੀ ਉਹ ਰੱਖੀ ਗਈ ਜਿਸ ਕਾਰਨ ਡਰਾਈਵਰਾਂ ਨੇ ਇਸ ਬੱਸਾਂ ਨੂੰ ਚਲਾਉਣ ਤੋਂ ਇਨਕਾਰੀ ਕਰ ਦਿੱਤੀ ਹੈ ਇਸ ਬਾਰੇ ਅਸੀਂ ਗੱਲ ਕਰਾਂਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਤੇ ਉਹਨਾਂ ਕੋਲ ਜਾਣਾਂਗੇ ਹਾਲਾਤ ਕੀ ਨੇ ਕਿਸ ਕਾਰਨ ਔਰ ਕਿਸ ਟਾਈਮ ਤੇ ਇਹ ਪ੍ਰੋਜੈਕਟ ਫਿਰ ਮੁੜ ਲੀਆਂ ਤੇ ਆਏਗਾ ਮੁੜ ਲੋਕਾਂ ਨੂੰ ਸਹੂਲਤ ਹੋਏਗੀ ਮੁੜ ਲੋਕੀ ਇਸ ਤੇ ਇਸ ਬੱਸਾਂ ਰਾਹੀਂ ਸਫ਼ਰ ਕਰ ਸਕਣਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਾਡੇ ਨਾਲ ਨੇ ਸੰਦੀਪ ਰਿਸ਼ੀ ਨਾਲ ਗੱਲ ਕਰਦੇ ਹਾਂ ਰਿਸ਼ੀ ਸਾਹਿਬ ਸ਼ਹਿਰ ਦੀ ਹਾਰਟ ਸਿਟੀ ਹਾਰਟ ਮੰਨੀ ਜਾਂਦੀ ਸੀਗੀ BRTS ਬੱਸ ਸੇਵਾ ਮੈਟਰੋ ਬੱਸ ਸਰਵਿਸ ਉਹ ਬੰਦ ਪਈ ਹੈ ਕੁਛ ਕਾਰਨਾਂ ਕਰਕੇ ਉਹਦੀ ਸੁਲਝਾਉਣ ਲਈ ਕਾਰਪੋਰੇਸ਼ਨ ਨੇ ਹੁਣ ਤੱਕ ਕੋਈ ਕਦਮ ਚੁੱਕਿਆ ਬਿਲਕੁਲ ਸਾਡੇ ਸ਼ਹਿਰ ਦੀ ਹਾਰਟ ਲਾਈਨ ਹੈ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਇੱਕ ਮੋਡ ਆਫ ਪਬਲਿਕ ਟਰਾਂਸਪੋਰਟ ਸੀ ਜਿਹਦੇ ਵਿੱਚ ਤਕਰੀਬਨ 35 ਤੋਂ 40 ਹਜ਼ਾਰ ਜਿਹੜੇ ਵਿਅਕਤੀ ਨੇ ਉਹ ਡੇਲੀ ਟਰੈਵਲ ਕਰਦੇ ਸੀ ਜਦੋਂ ਬੱਸਿਸ ਜਿਹੜੀ ਸੀ ਫੁੱਲ ਸਟਰੈਂਥ ਚੱਲਦੀ ਸੀ ਜਦੋਂ ਸਾਡਾ 93 ਬੱਸਾਂ ਦਾ ਫਲੀਟ ਸੀ 84 ਐਟ ਏ ਟਾਈਮ ਚੱਲਦੀਆਂ ਸੀ 9 ਐਜ਼ ਰਿਜ਼ਰਵ ਚੱਲਦੀਆਂ ਸੀ ਸੋ ਉਦੋਂ ਇਹਦੇ ਵਿੱਚ 55 ਹਜ਼ਾਰ ਦੇ ਲਾਗ ਛਾਗੇ ਜਿਹੜੀ ਸੀ ਇਹਦੀ ਰਾਈਡਰਸ਼ਿਪ ਡੇਲੀ ਰਿਕਾਰਡ ਹੁੰਦੀ ਸੀ ਇੱਕ ਕੰਪਨੀ ਸਵਰਨ ਸਤਨਾਮ ਟਰਾਂਸਪੋਰਟ ਪ੍ਰਾਈਵੇਟ ਲਿਮਿਟਡ ਜਿਹੜੀ ਪੁਣੇ ਬੇਸਡ ਕੰਪਨੀ ਸੀ ਉਹ ਇਸ ਨੂੰ ਰਨ ਕਰਦੀ ਸੀ ਉਸਨੇ ਅੱਗੇ ਫਰਦਰ ਸਬ ਕੰਟਰੈਕਟਰ ਰੱਖੇ ਸੀ ਜਿਹੜੇ ਇਹਨਾਂ ਨੂੰ ਡਰਾਈਵਰ ਸਪਲਾਈ ਕਰਦੇ ਸੀ ਪਲੱਸ ਬੱਸਾਂ ਦੀ ਮੇਨਟੇਨੈਂਸ ਵਰਕਸ਼ਾਪ ਜਿਹੜੀ ਉਹ ਮੇਨਟੇਨ ਕਰਦੇ ਸੀ ਸੋ ਇਹ ਕੰਪਨੀ ਜਿਹੜੀ ਹੈ ਸਵਰਨ ਸਤਨਾਮ ਟਰਾਂਸਪੋਰਟ ਪ੍ਰਾਈਵੇਟ ਲਿਮਿਟਡ ਅਸੀਂ ਲਗਾਤਾਰ ਕਿਉਂਕਿ ਮੇਨਟੇਨ ਕਰ ਰਹੀ ਸੀ ਇਹਨਾਂ ਨੂੰ ਪੇਮੈਂਟਸ ਵੀ ਸਾਡੀਆਂ ਰੈਗੂਲਰ ਚੱਲ ਰਹੀਆਂ ਸੀ ਔਰ ਇਹ ਬੱਸ ਕੰਪਨੀ ਜਿਹੜੀ ਸੀ ਇਹਦੀ ਪੇਰੈਂਟ ਕੰਪਨੀ ਜਿਹੜੀ ਉਹ ਜੋ ਸਾਨੂੰ ਪਤਾ ਲੱਗਿਆ ਕਿ ਇਹਦੀ ਪੇਰੈਂਟ ਕੰਪਨੀ ਜਿਹੜੀ ਹੈ ਉਹ ਇਨਸੋਲਵੈਂਸੀ ਪ੍ਰੋਸੀਡਿੰਗ ਦੇ ਵਿੱਚ ਸੀ ਔਰ ਉਹ ਵਾਈਂਡ ਅਪ ਕੰਪਨੀ ਹੋ ਗਈ ਉਸ ਤੋਂ ਬਾਅਦ ਇਸ ਕੰਪਨੀ ਨੇ ਵੀ ਸਾਨੂੰ ਨੋਟਿਸ ਦਿੱਤਾ ਪਰ ਨੋਟਿਸ ਦੇਣ ਤੋਂ ਇਮੀਡੀਏਟਲੀ ਬਾਅਦ ਹੀ ਇਹਦੇ ਜਿਹੜੇ ਆਫਿਸਰ ਸੀ ਇੱਥੇ ਜਿਹੜੇ ਬੰਦੇ ਕੰਮ ਕਰ ਰਹੇ ਸੀ ਉਹ ਇਨਕਮਿਊਨੀਕੇਟਿਵ ਹੋ ਗਏ ਉਹ ਸਾਨੂੰ ਮਤਲਬ ਸਾਡੇ ਨਾਲ ਕੰਟੈਕਟ 'ਚੋਂ ਨਿਕਲ ਗਏ ਸੋ ਜਿਹੜਾ ਇਹਨਾਂ ਨੇ ਨੋਟਿਸ ਦਿੱਤਾ ਸੀ ਉਸ ਡੇਟ ਨੂੰ ਟਰਮੀਨੇਸ਼ਨ ਜਿਹੜੀ ਸੀ ਉਹਨਾਂ ਵੱਲੋਂ ਹੋ ਗਈ ਕੰਪਨੀ ਵੱਲੋਂ ਔਰ ਅਸੀਂ ਮਤਲਬ ਸਾਡੀ ਪੇਮੈਂਟਸ ਬਿਲਕੁਲ ਟਾਈਮ ਸਿਰ ਗਈਆਂ ਸੀ ਕੋਈ ਡਿਫੋਲਟ ਨਹੀਂ ਸੀ ਇਹਦੇ ਵਿੱਚ ਸੋ ਕੰਪਨੀ ਫਾਈਨੈਂਸ਼ਲੀ
पिछों जिन्हों कहते बैंकरप्ट होण करके कंपनी काम छड़ के चली गई। इमीजिएटली एक दिन दो दिन जिहड़ियां सी बस सर्विसिज जाम बंद हो गई क्योंकि कोई भी चलाउण वाला नहीं सी। जो जिहड़ी भी कंपनी जिहड़े सब कॉन्ट्रैक्टर सी वो जदों तक मेन कंपनी नहीं हैगी उस तक उदों कम नहीं कर सकदे सी, कोई भी अपने रिस्क एंड कॉस्ट से कम नहीं करना चाहता सी क्योंकि बस सर्विस एक बड़ी वड्डी इंपोर्टेंट लाइफलाइन सी शहर की जिद हज़ारा ही लोग ट्रैवल कर रहे डेली। सो साडा पहला जिहड़ा साडा पहला सी टारगेट सी कि इहनू इमीजिएटली ऑन ट्रैक लिया जाए। तो असी ड्राइवर जिहड़े सी उन्हां नाल गल की जिहड़े ऑलरेडी कंपनी के ड्राइवर सी और उन्होंने मनाया सी कि तुसी असी तुहानू किसी होर जिहड़ी साडी मैन पावर प्रोविजन कंपनी सी साडे कोल एक इनोविजन नाम की कंपनी सी, असी उन्होंने कहा कि इस कंपनी में तुहानू असी ड्राइवर जिहड़े है लैके तो एज ए ड्राइवर तुहानू इंप्लॉय कर लाँगे ताकि साडी बस सर्विस बंद ना होवे। इनिशियली साडे ड्राइवर जिहड़े भरा सी ओह मन गए, साडी गल मनी उन्होंने और तीन चार दिन जिहड़ी सर्विस रिस्टोर हो गई। पर फिर उहदे विच कुछ ग्रुप ऑफ ड्राइवर सी जिहड़े ये कह रहे सी कि सानू जो कंपनी पे कर रही सी सानू उस कंपनी दे बराबर पे दित्ती जावे जो सानू प्राइवेट कंपनी स्वर्ण स्तनाम वाले दे रहे सी। तां असी उन्हां नूं एक्सप्लेन किया कि असी क्योंकि सरकारी अदारा है जदों असी बस सर्विस आप चलानी है थ्रू एक आउटसोर्सिंग एजेंसी राहीं ड्राइवर लैणे आ तां सानू डीसी रेट उत्ते ही असी ये काम कर सकते हैं। असी डीसी रेट उन्हां नूं ऑफर किया सी जो भी उन्हां दे एक्सट्रा आवर्स से 8 घंटे का जिहड़ा ड्यूरेशन दे चार्जेस सी उस 13,000 समथिंग सी और उस तो बिना जे उन्हां नूं 2 घंटे या 4 घंटे वध चलानी पैंदी क्योंकि बसां जिहड़ियां इन्हां दा शेड्यूल बणिया हुंदा है 12-12 घंटे 10 घंटे स्टेयरिंग दे हुंदे आ। सवेरे जे मान लो सवेरे 6 बजे बस निकली तां रात नूं 10 बजे वापस आउंदी आ तां उह तकरीबन उहदे विच साढ़े मतलब इन्ने घंटे का उस 2 ड्राइवर दिन चलते हैं। सो असी उन्होंने कहा कि तुम इस सिस्टम से चलो क्योंकि जिहड़ी इन कंपनी ओपरेट करनी है हुण इक ते चली गई है सानू इनू दोबारा टेंडर आउट करन दे विच टाइम लगना है तो इन द मेन टाइम लोगों के इंट्रस्ट में उन्होंने अपील वो की कि तुम जिहड़ी है साड़ी दूजी कंपनी है मैन पावर प्रोवाइड कर दी उहदे विच काम कर लो जिहड़ा 1-2 महीने का प्रोसैस है उहदे विच तुसीं काम करदे रहोगे तुहाडी रोजी रोटी भी नहीं जाएगी तुसीं अपना काम कार भी चलाओगे और लोगों नूं सेवा भी प्रोवाइड करोगे। पर कुछ उन्हां विचों जिहड़े सी ग्रुप कुछ ग्रुप राजी सी कुछ ग्रुप जिहड़े सी ओह इस जिहड़ी साडी प्रपोजल सी उहदे नाल राजी नहीं सी। सो इन द मीन टाइम जिहड़ी सब कॉन्ट्रैक्टर कंपनी है जिहड़ी एक किसान मोटर्स बरनाला है खोखर मोटर्स बरनाला जिहड़ी सब कॉन्ट्रैक्टर सी वह भी जिहड़ी स्वर्ण स्तनाम कंपनी तो उन्होंने भी एक जिन्हों कहें कि कॉन्ट्रैक्ट उत्ते सब कॉन्ट्रैक्ट लिया हुआ सी। सो उन्होंने सानू ऑफर की कि असीं 16.85 रुपये उस कंपनी को लैने से असी उसे कम उस उन्नी रकम के असी थोड़ा जो तक टेंडर नहीं हुंदा उदों तक असी काम चलाउण नूं राजी हैं। सो उन्होंने सानू ऑफर दिती है उहदे विच कुछ कंडीशन उन्होंने पाईआं सी उन्होंने पुराने जिवें स्वर्ण स्तनाम तो उन्होंने पैसे लैने से कुछ पहला वह भी EPF और ESI की कंप्लाइंस से जिहड़े जमा कराने हुंदे ने इंपलॉइज़ के वो क्योंकि पुरानी 6 महीने तो स्वर्ण स्तनाम ने उन्होंने पेमेंट जी वो नहीं दी सी कुछ पेमेंट्स उन्होंने आपस से कोई झगड़ा सी। सो वो पेमेंट्स ना होने करके उन्होंने सानू यो बेनती की कि तुसी स्वर्ण स्तनाम की जी बैंक गरंटी रिवोक की है वो ESI की EPF दी पेमेंट्स जी सरकारी पेमेंट्स है प्रायोरिटी पर है सानू दे दौ। एक दो कंडीशन होर लगाइया सी उन्होंने जो मनन योग नहीं सी उन्होंने असं दसती हैं भी मन नहीं सकते असी। सो असी पैरलली दोवें पासे इस काम चल रहे हैं कि एक तो जी स्वर्ण स्तनाम की सब कॉन्ट्रैक्टर कंपनी है जिन्हें सानू ऑफर दी है वो असी उहदा प्रपोजल बना के चंडीगढ़ भी भेज दिता तो चंडीगढ़ हैड ऑफिस लैवल पर भी साढ़े ऑफिसर जिहड़े ने दे आर वेरी कंसर्न कि इहनू छेती तो छेती सेवा शुरू कर सकीए चाहे उस सब कॉन्ट्रैक्टर थ्रू करिए या फिर जिहड़ी साडी इनोविजन कंपनी है असी उहदे विच देखो एक कंपनी तो बंदे लैके कंपनी काम कराना ये जे अज दी रेट्स कहण कि सानू बंदे कहण कि सानू तुसी सीधा भर्ती कर लो पक्के कर लो उहो जिहा काम साडे को पॉसीबल नहीं है जिहड़ा लीगली असी कर नहीं सकते। सो मेरी सारे बस जिहड़े ड्राइवर भरा ने असी सारे जिन्ने बस ड्राइवर सी उहनां दे मे बी जिहड़ा साडा फ्लीट आ सानू उहदी रिक्वायरमेंट भी नहीं है अजे ड्राइवरस की पर असी फिर भी उन्हां नूं कहा भी जिन्ने बंदे रखे सी पहलां कंपनी ने उन्नियां नूं रखांगे और सैलरीज ऑलमोस्ट
ਬਰਾਬਰ ਬਰਾਬਰ ਲਾਗੇ ਲਾਗੇ ਉਹਨਾਂ ਦੇ ਪਹੁੰਚ ਜਾਣੀਆਂ ਸੀ। ਸੋ ਪ੍ਰੋਪੇਗੈਂਡਾ ਜਿਹੜਾ ਚੱਲ ਰਿਹਾ ਕਿ ਨਹੀਂ ਜੀ 3000 ਰੁਪਇਆ ਘੱਟ ਗਈ, ਉਹੋ ਜਿਹੀ 3000 ਵਾਲੀ ਗੱਲ ਨਹੀਂ ਸੀ। ਅਸੀਂ ਉਹਨਾਂ ਦੇ ਵਰਕਿੰਗ ਆਵਰਸ ਦੇਖ ਕੇ ਬਹੁਤ ਥੋੜ੍ਹੀ ਡਿਫਰੈਂਸ ਰਹਿ ਜਾਂਦੀ ਸੀ। ਔਰ ਮੇਰੇ ਹਿਸਾਬ ਨਾਲ ਤਾਂ ਇੱਕ ਤਾਂ ਸ਼ਹਿਰ ਦੇ ਇੰਟਰਸਟ ਦੇ ਵਿੱਚ ਬੱਸ ਸਰਵਿਸ ਚੱਲਦੀ ਰੱਖਣੀ ਚਾਹੀਦੀ ਹੈ, ਦੂਸਰਾ ਹਰ ਇੱਕ ਬੰਦੇ ਦੀ ਰੋਜ਼ੀ ਰੋਟੀ ਹੈ। ਮੈਂ ਉਹਨਾਂ ਨੂੰ ਫਿਰ ਵੀ ਅਪੀਲ ਕਰਦਾ ਕਿ ਉਹ ਰੋਜ਼ੀ ਰੋਟੀ ਵੱਲ ਦੇਖਣ ਔਰ ਸਾਡੇ ਨਾਲ ਸਹਿਯੋਗ ਕਰਨ, ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹੈਗੇ ਹਾਂ। ਸੰਦੀਪ ਜੀ, ਤੁਸੀਂ ਸਾਰਾ ਪ੍ਰਪੋਜ਼ਲ ਜਿਹੜਾ ਹੈ ਤਿਆਰ ਕਰ ਰਹੇ ਹੋ, ਪਰ ਜਿਹੜੇ ਡਰਾਈਵਰ ਜਿਹੜੇ ਇਸ ਪ੍ਰਪੋਜ਼ਲ ਨੂੰ ਇਸ ਬੱਸ ਸਰਵਿਸ ਨੂੰ ਚਲਾਉਣਗੇ, ਜਿਹੜੇ ਚਲਾ ਰਹੇ ਸੀ ਆਲਰੇਡੀ, ਉਹ ਹੁਣ ਹੜਤਾਲ 'ਤੇ ਬਹਿ ਗਏ ਨੇ, ਕਿ ਉਹਨਾਂ ਨੂੰ ਮਿਹਨਤਾਨਾ ਘੱਟ ਮਿਲ ਰਿਹਾ। ਡੀਸੀ ਰੇਟ 'ਤੇ ਜਿਹੜਾ ਮਿਹਨਤਾਨਾ ਉਹ ਮਿਲ ਰਿਹਾ, ਜਿਹੜਾ ਪਹਿਲਾਂ ਕੰਪਨੀ ਨਹੀਂ ਦੇ ਰਹੀ ਸੀਗੀ ਉਹ ਹੁਣ ਨਹੀਂ ਮਿਲ ਰਿਹਾ, ਕੁਛ ਕੱਟਿਆ ਜਾ ਰਿਹਾ। ਕਿਆ ਉਹਨਾਂ ਨਾਲ ਵੀ ਕੋਈ ਇਸ ਤਰੀਕੇ ਦੀ ਗੱਲ ਹੋਏਗੀ ਕਿ ਵੀ ਤੁਹਾਨੂੰ ਜਿਹੜਾ ਮਿਹਨਤਾਨਾ ਸੀਗਾ ਉਹੀ ਦਿੱਤਾ ਜਾਏਗਾ, ਕਿਉਂਕਿ ਹਜੇ ਜਿਸਨ ਤੁਹਾਡੀ ਗੱਲ ਚੱਲ ਰਹੀ ਹੈ ਇੱਕ ਅੱਧੇ ਦਿਨ ਤੱਕ ਫਾਈਨਲ ਹੋ ਜਾਏਗੀ, ਇਸ ਤਰ੍ਹਾਂ ਹੀ ਹੋ ਜਾਏਗਾ ਸਾਰਾ ਬੱਸ ਸਰਵਿਸ ਫਿਰ ਸ਼ੁਰੂ ਹੋ ਜਾਏਗੀ। ਕਿਆ ਉਹ ਡਰਾਈਵਰ ਤਾਂ ਉਸੇ ਚੀਜ਼ 'ਤੇ ਅੜੇ ਹੋਏ ਨੇ? ਦੇਖੋ, ਅਸੀਂ ਐਜ਼ ਏ ਇੰਪਲੋਇਰ, ਪ੍ਰਿੰਸੀਪਲ ਇੰਪਲੋਇਰ, ਸਾਡੀ ਇਹ ਜਿਹੜੀ ਸਾਡੀ ਡਿਊਟੀ ਹੁੰਦੀ ਹੈ, ਪ੍ਰਿੰਸੀਪਲ ਡਿਊਟੀ ਹੈ ਕਿ ਅਸੀਂ ਇਨਸ਼ੋਰ ਕਰਨਾ ਕਿ ਜਿਹੜਾ ਇੰਪਲੋਈ ਦਾ ਜਿਹੜਾ ਕੰਟਰੈਕਟਰ ਹੈ ਉਹ ਅੱਗੇ ਆਪਣੇ ਇੰਪਲੋਈਜ਼ ਨੂੰ ਜਿਹੜੇ ਸਾਡੇ ਮਿਨੀਮਮ ਵੇਜਸ ਫਿਕਸ ਕੀਤੀਆਂ ਹੋਈਆਂ ਉਸ ਤੋਂ ਥੱਲੇ ਪੇ ਨਾ ਕਰਦਾ ਹੋਵੇ। ਸੋ ਅਸੀਂ ਸਾਡੀ ਡਿਊਟੀ ਹੈ ਅਸੀਂ ਉਹ ਇਨਸ਼ੋਰ ਕਰਨਾ। ਹੁਣ ਇੰਪਲੋਇਰ ਐਂਡ ਜਿਹੜੇ ਇੰਪਲੋਈਜ਼ ਆ ਉਹਨਾਂ ਵਿੱਚ ਫਰਦਰ ਆਪਸ 'ਚ ਕੀ ਰਿਲੇਸ਼ਨਸ਼ਿਪ ਹੈ ਕਿ ਉਹ ਵੱਧ ਪੇ ਕਰ ਰਿਹਾ, ਤੋ ਉਹ ਅਸੀਂ ਵੱਧ ਪੇ ਕਰ ਰਿਹਾ ਅਸੀਂ ਉਹਨੂੰ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ, ਪਰ ਜੇ ਘੱਟ ਪੇ ਕਰਦਾ ਤਦ ਸਾਡੇ ਸਟੈਪ ਇਨ ਕਰਨ ਦੀ ਲੋੜ ਹੁੰਦੀ ਹੈ। ਸੋ ਹੁਣ ਕੱਲ੍ਹ ਨੂੰ ਮੰਨ ਲਓ ਕੋਈ ਹੋਰ ਕੰਟਰੈਕਟਰ ਕੰਪਨੀ ਆਏਗੀ ਜਦੋਂ ਟੈਂਡਰਿੰਗ ਹੋਏਗੀ, ਉਹਦੇ ਵਿੱਚ ਹੁਣ ਉਹ ਨਵੇਂ ਡਰਾਈਵਰ ਜਿਹੜਾ ਇਹਨਾਂ ਡਰਾਈਵਰਾਂ ਨਾਲ ਜਦੋਂ ਗੱਲਬਾਤ ਹੋਣੀ ਹੈ ਉਹ ਆਪਸ ਨੈਗੋਸ਼ੀਏਟ ਕਰਕੇ ਹੋਣੀ ਹੈ। ਅਤੇ ਮਾਰਕੀਟ ਹੈ ਇਹਦੇ ਵਿੱਚ, ਅਸੀਂ ਜਿਹਨੂੰ ਕਹਿੰਦੇ ਅਸੀਂ ਮਤਲਬ ਵੀ ਕੈਨੋਟ ਫੋਰਸ ਕੇ ਜੀ ਨਵੀਂ ਕੰਪਨੀ ਜਿਹੜੀ ਆ ਕਹੇਗੀ ਮੈਂ 14,000 ਰੁਪਇਆ ਦੇਣਾ ਵਾ, ਅਤੇ ਡਰਾਈਵਰ ਜਿਹੜੇ ਪੁਰਾਣੇ ਚੱਲ ਰਹੇ ਸੀ ਉਹ ਕਹਿੰਦੇ ਸੀ 17,000, ਉਹ ਮਾਰਕੀਟ 'ਚੋਂ ਜਿੱਥੋਂ ਮਰਜ਼ੀ ਡਰਾਈਵਰ ਲੈ ਸਕਦੇ ਨੇ ਉਹ। ਸੋ ਇਹਨਾਂ ਨੂੰ ਵੀ ਮੈਂ ਸੁਜੈਸਟ ਕਰੂੰਗਾ ਕਿ ਟਕਰਾਅ ਦਾ ਰਸਤਾ ਛੱਡ ਕੇ ਜਿਹੜਾ ਕਾਨੂੰਨ ਤੌਰ 'ਤੇ ਰਸਤਾ ਆ ਆਪਾਂ ਉਹਦੇ ਨਾਲ ਚੱਲੀਏ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਸਭ ਕੰਟਰੈਕਟਰ ਜਿਹੜੇ ਸੀਗੇ ਉਹ ਚੱਲ ਰਹੇ, ਉਹ ਹੁਣ ਚਲਾਉਣ ਲਈ ਤਿਆਰ ਨੇ, ਉਹ ਇਸ ਕੰਮ ਨੂੰ, ਕਿਆ ਉਹਨਾਂ ਨੇ ਤੁਹਾਨੂੰ ਕੋਈ ਇਹ ਨਹੀਂ ਕਿਹਾ ਕਿ ਵੀ ਅਸੀਂ ਡਰਾਈਵਰਸ ਨੂੰ ਇਹ ਤਨਖਾਹ ਦਿਆਂਗੇ, ਇਹ ਨਹੀਂ ਜਿਹੜੀ ਉਹ ਪਹਿਲੇ ਲੈ ਰਹੇ ਸੀ ਉਹੀ ਦਿਆਂਗੇ, ਜਾਂ ਤੁਸੀਂ ਉਹਨਾਂ ਨੂੰ ਕੋਈ ਇਹੋ ਜਿਹੀ ਗੱਲ ਕਹੀ ਆ ਕਿ ਤੁਸੀਂ ਕੰਟਰੈਕਟਰ ਨੂੰ ਸਭ? ਮੈਂ ਤੁਹਾਨੂੰ ਇਹੋ ਗੱਲ ਦੱਸਾਂਗਾ ਕਿ ਸਾਡਾ ਕੰਮ ਹੈ ਕਿ ਮਿਨੀਮਮ ਵੇਜਸ ਤੋਂ ਥੱਲੇ ਕੋਈ ਪੇ ਨਾ ਕਰੇ। ਬਾਕੀ ਕੰਟਰੈਕਟਰ, ਔਰ ਦੇਖੋ ਕੰਟਰੈਕਟਰ ਨੇ ਬੱਸਾਂ ਚਲਾਉਣੀਆਂ, ਉਹਦੇ ਲਈ ਉਹਦੇ ਕੋਲ ਲੇਬਰ ਮਾਰਕੀਟ ਵਿੱਚ ਸਪਲਾਈ ਹੈ, ਡਰਾਈਵਰਸ ਹੈ। ਸੋ ਜੇ ਡਰਾਈਵਰਸ ਦੇ ਨਾਲ ਉਹਦੇ ਨੈਗੋਸ਼ੀਏਟ ਕਰਕੇ ਉਹ ਉਹਨਾਂ ਨੂੰ ਉਸੇ ਰੇਟ 'ਤੇ ਕਰ ਲਵੇ, ਸਾਨੂੰ ਕੋਈ ਹਰਜ ਨਹੀਂ ਹੈ। ਬਿਕੋਜ਼ ਅਲਟੀਮੇਟਲੀ ਇਹ ਉਹਦੀ ਪ੍ਰੋਫਿਟੇਬਿਲਿਟੀ ਆ, ਜੇ ਉਹਨੂੰ ਵਾਰਾ ਖਾਂਦਾ ਹੋਏਗਾ ਤਾਂ ਉਹ ਉਹਨਾਂ ਨੂੰ ਵੱਧ ਤਨਖਾਹ ਵੀ ਦੇ ਸਕਦਾ, ਔਰ ਉਹ ਸਾਰਿਆਂ ਨੂੰ ਰੱਖ ਸਕਦਾ ਚਾਹੇ ਉਹਨੂੰ ਲੋੜ ਨਹੀਂ ਵੀ ਹੈਗੀ ਹੈ। ਸੋ ਇਹ ਤਾਂ ਉਹਦਾ ਪ੍ਰਾਈਵੇਟ, ਜਿਹਨੂੰ ਕਹਾਂਗੇ ਵੀ ਬਿਜ਼ਨਸ ਆ, ਬਿਜ਼ਨਸ 16.85 ਰੁਪਏ ਜੇ ਉਹਨੂੰ ਪ੍ਰੋਵੀਜ਼ਨ ਦੇ ਵਿੱਚ ਉਹਦੇ ਵਿੱਚ ਜਿਹਨੂੰ ਕਹਿੰਦੇ ਕਿ ਉਹਨੂੰ ਪਰਤਾ ਪੈਂਦਾ ਹੋਏਗਾ ਤਾਂ ਉਹ ਕਰ ਲਏ, ਕੋਈ ਇਸ਼ੂ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ। ਸੰਦੀਪ ਜੀ, ਜਨਤਾ ਇਹ ਜਾਣਨਾ ਚਾਹੁੰਦੀ, ਸ਼ਹਿਰ ਅੰਮ੍ਰਿਤਸਰ ਇਹ ਜਾਣਨਾ ਚਾਹੁੰਦਾ ਕਿ ਇਹ ਪ੍ਰੋਜੈਕਟ ਜਿਹੜਾ ਚੱਲਦਾ ਪਿਆ ਸੀਗਾ ਕੁਛ ਕਾਰਨਾਂ ਕਰਕੇ ਇਹਦੇ 'ਚ ਖੜੋਤਾ ਹੀ ਹੈ, ਇਹ ਦੁਬਾਰਾ ਕਦੋਂ ਨੀਹਾਂ 'ਤੇ ਆਏਗਾ, ਅਸੀਂ ਕਦੋਂ ਫਿਰ ਬੱਸ ਦੇ ਵਿੱਚ ਸਰਵਿਸ ਸਫ਼ਰ ਕਰ ਸਕਾਂਗੇ, ਕਦੋਂ ਇਹਨੂੰ ਇੰਜੋਏ ਕਰ ਸਕਾਂਗੇ? ਦੇਖੋ, ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਹਫ਼ਤੇ ਦੇ ਵਿੱਚ ਦਾ ਰੈਜ਼ੋਲਿਊਸ਼ਨ ਹੋ ਜਾਏ। ਮੈਂ ਇੱਕ ਵਾਰੀ ਫਿਰ ਜਿਹੜੇ ਡਰਾਈਵਰ ਸਾਹਿਬਾਨ ਸਾਡੇ ਹੈਗੇ ਆ ਉਹਨਾਂ ਨੂੰ ਅੱਜ ਫਿਰ ਮੈਂ ਮੈਸੇਜ ਉਹਨਾਂ ਨੂੰ ਦੇਣ ਲੱਗਾ ਤਾਂ ਕਿ ਇੱਕ ਵਾਰੀ ਬੈਠ ਕੇ ਇਹਨੂੰ ਰਿਜ਼ੋਲਵ ਕਰਨ ਵਾਲਾ ਕੰਮ ਕਰੀਏ। ਜੇਕਰ ਅਸੀਂ ਆਪ ਚਲਾਉਣੀ ਹੈ, ਸਾਡੇ ਮਤਲਬ ਅਸੀਂ ਸਾਡੀ ਪੰਜਾਬ ਬੱਸ ਮੈਟਰੋ ਸੁਸਾਇਟੀ ਨੇ ਚਲਾਉਣੀ ਹੈ ਥਰੂ ਏ ਸਰਵਿਸ ਪ੍ਰੋਵਾਈਡਰ ਜਿਹੜਾ ਸਾਨੂੰ ਡਰਾਈਵਰ ਦੇਵੇਗਾ, ਤਾਂ ਵੀ ਅਸੀਂ ਉਹਨਾਂ ਦਾ ਇੰਟਰਸਟ ਧਿਆਨ 'ਚ ਰੱਖਣਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਰਹੇ। ਅਸੀਂ ਸਾਡੇ ਕੋਲ ਕੁਝ ਗਰੁੱਪ ਜਿਹੜਾ ਅਸੀਂ ਇੱਕ ਦਿਨ ਨੂੰ ਕਹਾਂਗੇ ਜੇ ਕਹੀਏ 50-60% ਜਿਹੜੇ ਡਰਾਈਵਰ ਸੀ ਉਹ ਸ਼ੁਰੂ ਦੇ ਵਿੱਚ ਆ ਗਏ ਸਾਡੇ ਕੋਲ, ਸਾਡੀਆਂ ਬੱਸਾਂ 34-35 ਬੱਸਾਂ ਡੇਲੀ ਨਿਕਲਦੀਆਂ ਰਹੀਆਂ ਉਸ ਵੇਲੇ। ਸੋ ਇਹਦਾ ਮਤਲਬ ਅੱਧੇ ਬੰਦੇ ਤਿਆਰ ਸੀ ਕੰਮ ਕਰਨ ਨੂੰ। ਸੋ ਉਹਨਾਂ ਨੂੰ ਵੀ ਆਪਣਾ ਜਿਹੜਾ ਹੈਗਾ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਇਨ ਦਾ ਇੰਟਰਸਟ ਆਫ ਅੰਮ੍ਰਿਤਸਰ ਸਿਟੀ, ਲੋਕਾਂ ਦੇ ਹਿੱਤਾਂ ਨੂੰ ਵਾਚਦੇ ਹੋਏ, ਆਪਾਂ ਅੱਜ ਲੋਕਾਂ ਦਾ ਨੁਕਸਾਨ ਵੀ ਕਰ ਰਹੇ ਹਾਂ, ਜਿਹੜੀ ਔਰਗਨਾਈਜੇਸ਼ਨ ਆ ਉਹਦਾ ਨੁਕਸਾਨ ਵੀ ਹੋ ਰਿਹਾ। ਸਾਨੂੰ ਬਿਲਿੰਗ ਆਉਂਦੀ ਸੀ, ਉਸ ਬਿਲਿੰਗ ਨਾਲ ਹੀ ਆਪਾਂ ਤਨਖਾਹਾਂ ਦੇਣੀਆਂ ਸਭ ਨੂੰ, ਸੋ ਬਿਲਿੰਗ ਵੀ ਬੰਦ ਹੋ ਗਈ ਹੈ ਔਰ 100 ਤਰ੍ਹਾਂ ਦੇ ਕੰਮ ਜਿਹੜੇ ਸੀ ਉਹ ਇਸ ਚੱਲਦੀ ਹੋਈ ਸਰਵਿਸ ਦੇ ਨਾਲ ਸੀ, ਸਾਰਾ ਸਿਸਟਮ ਲਿੰਕ ਸੀ। ਸੋ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਜਿਵੇਂ ਕਹਾਂਗੇ ਇੱਕ ਤਰੀਕੇ ਨਾਲ ਇੱਕ ਐਮਰਜੈਂਸੀ ਸਿਚੁਏਸ਼ਨ ਆ ਜਿਹਦੇ ਵਿੱਚ ਕੰਟਰੈਕਟਰ ਭੱਜ ਗਿਆ ਹੁਣ। ਸੋ ਕੰਟਰੈਕਟਰ ਭੱਜਿਆ, ਅਸੀਂ ਬੱਸਾਂ ਆਪਣੀ ਸਰਵਿਸ ਚਾਲੂ ਕਰਨੀਆਂ ਅਤੇ ਐਮਰਜੈਂਸੀ ਸਰਵਿਸ ਦੇ ਵਿੱਚ ਉਹਨਾਂ ਨੂੰ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ। ਹੋਰ 2 ਮਹੀਨਿਆਂ ਨੂੰ, 3 ਮਹੀਨਿਆਂ ਨੂੰ ਨਵਾਂ ਟੈਂਡਰ ਹੋ ਜਾਏਗਾ,
ਤਾਂ ਉਦੋਂ ਇਹ ਆਪਣਾ ਜਿਹੜੇ ਸੇਮ ਯੂਨੀਅਨਸ ਹੈਗੀਆਂ, ਸੇਮ ਉਹਨਾਂ ਨਾਲ ਜਿਹੜਾ ਨਵਾਂ ਕੰਟਰੈਕਟਰ ਆਏਗਾ ਉਹਦੇ ਨਾਲ ਗੱਲਬਾਤ ਕਰ ਸਕਦੀ ਹੈ, ਰੇਟਸ ਉਹਨਾਂ ਦੇ ਆਪਣੇ ਫਿਕਸ ਹੋ ਸਕਦੇ ਆ। ਸੋ ਸੰਦੀਪ ਰਿਸ਼ੀ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ, ਜਿਨ੍ਹਾਂ ਨੇ ਦੱਸਿਆ ਕਿ ਮੈਟਰੋ ਬੱਸ ਸਰਵਿਸ ਜਿਹੜੀ ਚੱਲ ਰਹੀ ਹੈ ਉਹਦੇ ਇੰਪਲੋਈਜ਼ ਜਿਹੜੇ ਸਟ੍ਰਾਈਕ 'ਤੇ ਨੇ ਕੁਝ ਕਾਰਨਾਂ ਕਰਕੇ, ਜਿਹੜਾ ਪੁਰਾਣਾ ਠੇਕੇਦਾਰ ਸੀ ਉਹ ਤੈਅ ਸਮੇਂ 'ਤੇ ਆਪਣੀ ਸਰਵਿਸ ਨਹੀਂ ਦੇ ਸਕਿਆ। ਸਬ ਕੰਟਰੈਕਟਰ ਜਿਹੜਾ ਹੈ ਉਹ ਚਲਾਉਣ ਲਈ ਤਿਆਰ ਹੈ, ਉਹਦੇ ਨਾਲ ਗੱਲ ਹੋ ਰਹੀ ਹੈ। ਜਿਹੜੇ ਇੰਪਲੋਈਜ਼ ਨੇ, ਡਰਾਈਵਰਸ ਨੇ ਜਿਹੜੇ ਕਿਸੇ ਕਾਰਨ ਕਰਕੇ ਉਹ ਸਟ੍ਰਾਈਕ 'ਤੇ ਚਲੇ ਗਏ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਪਬਲਿਕ ਇੰਟਰਸਟ ਨੂੰ ਦੇਖਦੇ, ਅੰਮ੍ਰਿਤਸਰ ਦੇ ਇੰਟਰਸਟ ਨੂੰ ਦੇਖਦੇ ਹੋਏ ਦੁਬਾਰਾ ਲੀਹਾਂ 'ਤੇ ਆਉਣ ਔਰ ਦੁਬਾਰਾ ਇਸ ਮੈਟਰੋ ਬੱਸ ਸਰਵਿਸ ਨੂੰ ਸ਼ੁਰੂ ਕਰਨ। ਜਿਹੜਾ ਜਲਦੀ ਹੀ ਨਵਾਂ ਟੈਂਡਰ ਕੀਤਾ ਜਾਏਗਾ ਉਦੋਂ ਬੈਠ ਕੇ ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਜਿਹੜਾ ਵੀ ਉਹਨਾਂ ਦੇ ਇੰਪਲੋਈਜ਼ ਜਿਹੜੇ ਹੜਤਾਲ 'ਤੇ ਨੇ ਉਹਨਾਂ ਨੂੰ ਜਿਹੜਾ ਸੰਸ਼ੇ ਹੈ ਉਹ 'ਤੇ ਹੱਲ ਕੀਤਾ ਜਾ ਸਕਦਾ ਹੈ। ਕੈਮਰਾ ਪਰਸਨ ਬਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।